ਬੱਚਾ ਤੁਹਾਡਾ 50% ਜਿਹੜਾ ਜੈਨੇਟਿਕ ਮਟੀਰੀਅਲ ਬਾਪ ਦਾ 50 ਮਾਂ ਦਾ ਤੇ ਤੁਹਾਡਾ ਹੀ ਅੱਧਾ ਅੰਗ ਹੈਗਾ ਨਾ ਤਾਂ ਤੁਸੀਂ ਟਰਸਟ ਕਰੋ ਜਦੋਂ ਤੁਸੀਂ ਆਪਣੇ ਆਪ ਨੂੰ ਟਰਸਟ ਕਰਦੇ ਬੱਚੇ ਨੂੰ ਵੀ ਟਰਸਟ ਕਰੋ ਹਮ ਇਹ ਇਥੇ ਕੰਟਰੀ 'ਚ ਨਾ ਬੱਚੇ ਮੈਂ ਕਹਿੰਨਾ ਸਾਧੂ ਨੇ ਉਹ ਗਲਤੀ ਕਰਨਗੇ ਵੀ ਤੇ ਦੱਸ ਦਿੰਦੇ ਆ ਹੂੰ ਅਸੀਂ ਆ ਉਸ ਸਮਾਜ ਚੋਂ ਆ ਜਿੱਥੇ ਅਸੀਂ ਬਦਮਾਸ਼ੀਆ ਮਾਹੌਲ ਤੋਂ ਆਏ ਆ ਸਟਰੀਟ ਫਾਈਟਰ ਮਾਹੌਲ ਤੋਂ ਆਏ ਆ ਅਸੀਂ ਮਤਲਬ ਸਟਰੀਟ ਕੌਨਸ਼ੀਅਸ ਮਾਹੌਲ ਤੋਂ ਆਏ ਆ ਤੇ ਇਹ ਬੱਚੇ ਜਿਹੜੇ ਹੈਗੇ ਸਿੰਪਲੀ ਸਿਟੀ ਚ ਰੇਜ਼ ਹੋਏ ਆ ਠੀਕ ਹੈ ਕਦੀ ਕਦਾਰ ਉਹਨਾਂ ਨੇ ਗਲਤੀਆਂ ਕਰਨੀਆਂ ਲੇਕਿਨ ਗਲਤੀ ਤੋਂ ਹੀ ਆਪਾਂ ਸਿੱਖਦੇ ਆ ਅਗਰ ਆਪਾਂ ਲਰਨਿੰਗ ਹੋਈ ਗਲਤੀ ਤੋਂ ਬਾਅਦ ਐਕਚੁਅਲੀ ਉਹ ਬੈਟਰ ਲਰਨਿੰਗ ਹੁੰਦੀ ਆ ਬਜਾਏ ਕਿ ਨਾ ਮਤਲਬ ਉਸ ਗੱਲ ਨੂੰ ਸੁਣੀਏ ਸੋ ਬੈਕ ਟੂ ਫੇਅਰ ਹੋਏ ਹੁੰਦੇ ਆ ਵੀ ਉਹਨਾਂ ਨੂੰ ਟਰਸਟ ਕਰਨਾ ਚਾਹੀਦਾ ਤੇ ਜਿਹੜਾ ਉਹ ਕਮਿਊਨੀਕੇਸ਼ਨ ਔਰ ਜਦੋਂ ਬੱਚਾ 12 13 14 15 16 ਸਾਲ ਦਾ ਹੋ ਗਿਆ ਉਦੋਂ ਉਹ ਮਜ਼ਬੂਤ ਹੀ ਕੀਤਾ ਜਾ ਸਕਦਾ ਐ ਸਟੈਬਲਿਸ਼ ਹੋ ਪਹਿਲੇ 5 ਸਾਲਾਂ ਚ ਕਰਨਾ ਪੈਣਾ ਬਿਲ ਗਰਾਉਂਡਵਰਕ ਤਾਂ ਉੱਥੇ ਹੁੰਦਾ ਤੁਹਾਡੀ ਸੋਚ ਤੁਹਾਡੀ ਪਰਵਰਿਸ਼ ਹੈਗੀ ਆ ਬੱਚੇ ਜਿਹੜੇ ਹੈਗੇ ਨਾ ਉਹ ਰੱਬ ਦਾ ਸਰੂਪ ਜੋ ਸੋ ਉਹਨਾਂ ਨੂੰ ਟਰਸਟ ਕਰੋ ਕਦੇ ਕਦੇ ਆ ਠੀਕ ਐ ਉਹਨਾਂ ਨੇ ਗਲਤੀਆਂ ਕਰਨੀਆਂ ਐ ਨਾ ਤੇ ਗਲਤੀਆਂ ਨੂੰ ਆਪਾਂ ਸਮਾਧਾਨ ਕਰ ਸਕਦੇ ਹਾਂ ਲੇਕਿਨ ਹੁਣ ਸਮਝੋ ਤੁਹਾਡੇ ਕੋਲ 'ਨਾਂ ਇੱਕ ਬਹੁਤ ਹੀ ਕੀਮਤੀ ਹੀਰਾ ਹੈਗਾ ਹਾਂਜੀ ਹਾਂਜੀ ਅਗਰ ਸਮਝੋ ਉਹਦੀ ਮਤਲਬ ਆਪਾਂ ਦੇਖ ਰੱਖ ਅੱਛੀ ਕਰਾਂਗੇ ਉਹਦੀ ਚਮਕ ਠੀਕ ਰਹੇਗੀ ਹਨਾ ਅਗਰ ਉਹਦੇ ਉੱਤੇ ਅਸੀਂ ਹੁਣ ਕੱਪੜੇ ਪਾ ਕੇ ਛੱਡ ਦਿੱਤਾ ਕੋਨੇ 'ਚ ਰੱਖ ਦਿੱਤਾ ਉਹਨੂੰ ਤਾਲਾ ਬੰਦ ਕਰਕੇ ਰੱਖ ਦਿੱਤਾ ਤਾਂ ਉਹਦਾ ਕੋਈ ਮੂਜੂਦ ਥੋੜੀ ਹੈ ਜੀ 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 ਸੋ ਫ੍ਰੀਡਮ ਸਾਨੂੰ ਚਾਹੀਦਾ ਦੂਜਾ ਇੱਕ ਪ੍ਰੋਬਲਮ ਹੈ ਦੇਖਦਾ ਵੀ ਅਸੀਂ ਦੋ ਕਲਚਰ ਚ ਕਈ ਵਾਰ ਰੇਜ਼ ਹੋਏ ਹੁੰਦੇ ਹ ਕਿਉਂਕਿ ਹਿੰਦੁਸਤਾਨ ਚ ਜਿਹੜੇ ਆਨਫਰਸ ਜਨਰੇਸ਼ਨ ਬੱਚੇ ਇੱਥੇ ਪੈਦਾ ਉਹ ਕੈਨੇਡੀਅਨ ਕਲਚਰ ਨੂੰ ਵੀ ਦੇਖ ਰਹੇ ਆ ਘਰ ਆ ਕੇ ਹਿੰਦੁਸਤਾਨੀ ਕਲਚਰ ਜਿਹੜਾ ਉਹਦੇ ਵਿੱਚ ਉਹਨੂੰ ਕਈ ਵਾਰ ਉਹਨਾਂ ਨੂੰ ਸੈਟਲ ਹੋਣਾ ਬੜਾ ਔਖਾ ਹੁੰਦਾ ਕਨਫਲਿਕਟ ਹੋ ਜਾਂਦਾ ਹੈ ਕਨਫਲਿਕਟ ਹੁੰਦਾ ਸੋ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕੁਛੇਕ ਉਹਨਾਂ ਨੂੰ ਮਤਲਬ ਇਜਾਜ਼ਤ ਦੇਣੀ ਚਾਹੀਦੀ ਆ